ਲਓ ਜੀ ਵੈਲਕਮ ਸਾਰਿਆਂ ਦਾ ਅੱਜ ਤੇ ਸਾਰੇ ਜਾਣੇ ਵਧਾਈਆਂ ਦੇ ਦਿਓ ਆਪਾਂ ਨਾ ਰੇਂਜ ਰੋਵਰ ਦਾ ਨੰਬਰ 6911 ਲੈ ਲਿਆ ਘਰੇ ਹੀ ਆਰਡਰ ਕੀਤਾ ਤੇ ਘਰੇ ਹੀ ਬਣਾ ਲਿਆ ਆਪੇ ਹੀ ਲਾ ਲਿਆ ਆਪਣੀ ਪੁਰਾਣੀ ਗੱਡੀ ਦਾ ਨੰਬਰ ਨਹੀਂ ਜਿਹੜਾ ਉਹ ਜਿਹੜਾ ਤੁਸੀਂ ਥੰਬਨੇਲ ਤੇ ਵੇਖਿਆ ਇੱਥੇ ਮੈਂ ਸਫਾਈ ਕੀਤੀ ਅੱਜ ਇੱਥੇ ਪਈਆਂ ਸੀਗੀਆਂ ਕਿਉਂਕਿ ਜਦੋਂ ਨਾ ਦੂਜੀਆਂ ਸਰਕਾਰੀ ਨੰਬਰ ਪਲੇਟਾਂ ਅਪਲਾਈ ਕੀਤੀਆਂ ਸੀ ਵੀ ਇਹ ਲਾ ਕੇ ਮੈਂ ਰੱਖਤੀਆਂ ਸੀਗੀਆਂ ਅਤੇ ਉਹ ਇੱਥੇ ਹੀ ਪਈਆਂ ਰਹਿ ਗਈਆਂ ਉਦੋਂ ਦਾ PV08DSD ਅਤੇ ਮੇਰਾ ਨਾ ਐਸ ਦੇ ਜਨਾਬ ਹੁਣਾਂ ਦਾ ਨਾਂ 6911 ਨੰਬਰ ਬੜਾ ਵਧੀਆ ਸੀ ਪਰ ਜਦੋਂ ਗੱਡੀ ਵੇਚਤੀ ਉਦੋਂ ਚੇਤਾ ਆਇਆ ਧੂਤੀ ਨੇ ਮੈਨੂੰ ਦੱਸਿਆ ਕਹਿੰਦਾ ਭਾਅ ਜੀ ਉਹ ਨੰਬਰ ਫਿਰ ਮੈਂ ਕਿਹਾ ਚੱਲ ਹੁਣ ਜੋ ਹੋ ਗਿਆ ਗਿਆ ਤਾਂ ਗਿਆ ਹੁਣ ਆਪਾਂ ਸਾਰੇ ਜਣੇ ਕਮੈਂਟ ਕਰਿਓ ਵੀ ਰੇਂਜ ਰੋਵਰ ਦਾ ਨੰਬਰ ਵੀ 6911 ਕਰਾ ਦਈਏ ਚੱਕ ਦਈਏ ਸੱਟੇ ਹੈ ਨਾ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਜਿਹੜੇ ਮੈਂ ਡੁਬਈ ਤੋਂ ਕੱਪੜੇ ਲੈ ਕੇ ਆਇਆ ਸੀਗਾ ਉੱਥੇ ਮੈਂ ਸ਼ਾਇਦ ਮਾੜੇ ਜਿਹੇ ਦਿਖਾਏ ਸੀਗੇ ਹੁਣ ਮੈਂ ਸਾਰੇ ਦਿਖਾਉਂਦਾ ਜਿਵੇਂ ਪਾਏ ਆ ਹੁਣ ਮੈਂ ਸ਼ਹਿਰ ਨੂੰ ਚੱਲਿਆ ਦੇਖੋ ਬੂਟ ਤਾਂ ਇੱਥੇ ਵਾਲੇ ਇੰਡੀਆ ਵਾਲੇ ਹੀ ਆ ਪਜਾਮਾ ਅਤੇ ਆਹ ਇਹ ਆ ਡੁਬਈ ਦਾ ਮੈਂ ਲਾ ਕੇ ਵਿਖਾਉਂਦਾ ਤੁਹਾਨੂੰ ਆਪਣੇ ਇੱਥੇ ਇੱਦਾਂ ਦੀਆਂ ਆਉਂਦੀਆਂ ਜੈਕਟਾਂ ਆਉਂਦੀਆਂ ਪਰ ਮਾੜੀਆਂ ਮੋਟੀਆਂ ਜਿਹੀਆਂ ਆਹ ਬਹੁਤ ਵਧੀਆ ਆ ਮੈਨੂੰ ਲੱਗਾ ਮੈਂ ਤਾਂ ਚੱਕ ਲਿਆ ਉਦੋਂ ਦਾ ਮੈਂ ਰੱਖਿਆ ਹੈਗਾ ਹੁਣ ਪਾਇਆ ਮੈਂ ਜਾ ਕੇ ਓਰੀਜਨਲ ਸੀ ਓਰੀਜਨਲ ਹੀ ਹੁੰਦਾ ਨਾ ਮਾੜੀ ਮੋਟੀ ਗੱਲ ਆ ਕਦੇ ਮੈਂ ਚਲਾਵਾਂ ਚਲੋ ਚਲੋ ਜੀ 8-11 ਰੇਂਜ ਰੋਵਰ ਅੱਖ ਹੋ ਗਈ ਚੱਕ ਫਟੇ ਦਿੱਤੇ ਆਪਾਂ ਤਾਂ 6911 PV08DS ਦੇਖਦੇ ਕਰੇਟਾ ਹੁੰਦੀ ਚੱਕ ਫਟੇ ਦੇਣੇ ਸੀਗੇ 6911 ਰੇਂਜ ਰੋਵਰ ਜਲੰਧਰ ਨੰਬਰ ਰੁਕ ਜਾ ਸਿੰਗਰ ਸਾਹਿਬ ਨੂੰ ਬਹਿ ਤਾਂ ਲੈਂਦੇ VIP ਬੰਦਾ ਇੰਨੇ ਸੋਹਣੇ ਮੈਂ ਬਾਹਰਲੇ ਮੁਲਕ ਵਾਲੇ ਕੱਪੜੇ ਪਾਏ ਆ ਆਹ ਡਾਕੂ ਨੇ ਸੀਟ ਕਿੱਦਾਂ ਦੀ ਕੀਤੀ ਘੁੱਗੀ ਬਣਾਇਆ ਹੋਇਆ ਰੁਕ ਜਾ ਜਿੱਦਾਂ ਬੋਣਾ ਬੰਦਾ ਬੈਠਾ ਹੁੰਦਾ ਇਹਦੇ ਉੱਤੇ ਪਿੱਛੇ ਪੂਰੀ ਕੀਤੀ ਆ ਨਾ ਗੁਰਦੁਆਰਾ ਸਾਹਿਬ ਮੱਥਾ ਟੇਕੋ ਵਾਹਿਗੁਰੂ ਵਾਹਿਗੁਰੂ ਅਤੇ ਤੁਰਦੇ ਜਾਓ ਜੀ ਜਰਾਬ ਨਾ ਬਈ ਮੈਂ ਤੁਹਾਨੂੰ ਹੁਣ ਵਿਖਾਉਂਦਾ ਅਸੀਂ ਵਾਪਸ ਕਰਨ ਚੱਲੇ ਹਾਂ ਪਤਾ ਨਹੀਂ ਉਹਨਾਂ ਨੇ ਵਾਪਸ ਕਰਨੀ ਹੈ ਕਿ ਨਹੀਂ ਆਹ ਜੈਕਟ ਸੀ ਮੈਂ ਪਾਈ ਨਹੀਂ ਉੱਥੇ ਮੈਂ ਪਾ ਕੇ ਦੇਖੀ ਉੱਥੇ ਨਾਲ ਗਗਨ ਹੋਣੀ ਸੀ ਉਹ ਕਹਿੰਦੇ ਬੜੀ ਵਧੀਆ ਆ ਇੱਦਾਂ ਦੀ ਆ ਕੋਟਨ ਦੀ ਸਾਰੀ ਨਾ ਜਿੱਦਾਂ ਅਖਬਾਰ ਦੀ ਫੋਟੋ ਨਹੀਂ ਹੁੰਦੀ ਜਨਾਬ ਉਹਨਾਂ ਨੂੰ ਸਾਰੀ ਨਹੀਂ ਕਹਿੰਦੇ ਚੱਕੋ ਇਹਨੂੰ ਅਤੇ ਵਾਪਸ ਕਰਕੇ ਆਓ ਹੁਣ ਹੀ ਨਾ ਨਾਲੇ ਤਾਂ ਵਾਪਸ ਕਰਕੇ ਆਉਣੀ ਆ ਬਿੱਲ ਵੀ ਚੱਲ ਕੋਈ ਨਹੀਂ ਮਹਿੰਗੇ ਕੱਪੜੇ ਵੀ ਕਦੀ ਕਦੀ ਲਿਆਉਣੇ ਪਰ ਇਹ ਆ ਉਹ ਜਿੰਨਾ ਰੇਟ ਹੈਗਾ ਨਾ ਇਹ ਗਗਨ ਨੇ ਨਾ ਮੈਨੂੰ ਪੰਪ ਦਵਾ ਕੇ ਦਵਾਤੀ ਓਦਾਂ ਮੈਂ 5000 ਚ ਕਿੰਨਾ ਕੁਛ ਲੈ ਆਉਂਦਾ ਉਹਨੂੰ 5000 ਦੀ ਕੋਈ ਵਧੀਆ ਜੈਕਟ ਸੋਹਣੀ ਆ ਜਾਂਦੀ ਆ ਹਾਂ ਠੰਡੀ ਠੰਡੀ ਗਿਰੀ ਲੈ ਵੀ ਸ਼ੋਪਿੰਗ ਵੀ ਬਾਅਦ 'ਚ ਜਾਵਾਂਗੇ ਪਹਿਲਾਂ ਪੇਟ ਪੂਜਾ ਇਹਨਾਂ ਦਾ ਨਾ ਸੂਪ ਬਾਹਲਾ ਹੀ ਜ਼ਿਆਦਾ ਵਧੀਆ ਹੁੰਦਾ ਨੋਰਮਲ ਬਣਾਉਂਦੇ ਆ ਵਧੀਆ ਇੱਥੇ ਉਹਨਾਂ ਨਾਮਾਂ 'ਚੋਂ ਇੱਕ ਨਾਮ ਆ ਪੜ੍ਹ ਲਓ ਸਾਰੇ ਹੈ ਨਹੀਂ ਨਾਮ ਕੋਈ ਨਾਮ ਨਹੀਂ ਹੈਗਾ ਪਿੱਛੇ ਸ਼ਾਇਦ ਲਿਖਿਆ ਹੋਵੇ ਪਿੱਛੇ ਪੜ੍ਹ ਲਿਓ ਪਿੱਛੇ ਹੈਗਾ ਨਹੀਂ ਹੈਗਾ ਪਿੱਛੇ ਵੀ ਨਹੀਂ ਹੈਗਾ ਸਾਈਜ਼ ਚੇਂਜ ਕਰੋ ਜਿਦਾਂ ਸ਼ਰਟ ਪਾਈ ਹੁੰਦੀ ਆਪਾਂ ਦਾ ਪਾਇਆ ਹੁੰਦਾ ਬਟਾ ਸੋਹਣੀ ਆ ਜੀ ਸ਼ਰਟ ਨਾਲ ਹੀ ਹੋ ਜੀ ਵੈਸੇ ਨਹੀਂ ਉਦਾਂ ਹੀ ਵਿੱਚ ਲਗਾਈ ਹੈ ਇਹਨਾਂ ਦਾ ਸਾਈਜ਼ ਹੈ ਉਹਦੇ ਇਹ ਲੋਗੋ ਦੀ ਅੰਦਰੋਂ ਕਿਹਦਾ ਦਿਸੂਗਾ ਬਹੁਤ ਸਾਈਡ ਹੋਣਾ ਮੇਰੇ ਸਰ ਤੁਸੀਂ ਦੇਖੋਗੇ ਉਹਦੇ ਨਾਲ ਕਨੈਕਟ ਹੋ ਜਾਂਦੀ ਹੈ ਅੱਛਾ ਜੈਕਟ ਹਾਂਜੀ ਆਹ ਬਣਿਆ ਪਾਵਰ ਬੈਂਕ ਅੱਗੇ ਵੀ ਇੱਕ ਤੁਸੀਂ ਲੈ ਕੇ ਗਏ ਸੀ ਨਾ ਹਾਂਜੀ ਪਾਵਰ ਬੈਂਕ ਲਗਾ ਕੇ ਆਹ ਬਟਨ ਲੱਗਾ ਇਹ ਵਾਰਮ ਸ਼ੁਰੂ ਹੋ ਜਾਂਦਾ ਅੱਛਾ ਹਾਂਜੀ ਗਰਮ ਹੋ ਜਾਂਦੀ
ਇਹ ਮਾਈਨਸ ਹੈ ਨਾ 10 ਟੈਂਪਰੇਚਰ ਤੱਕ ਵਰਤ ਨਹੀਂ ਕਰ ਲੈਂਦੀ ਅੱਛਾ ਲਾਈਟ ਲਦਾਖ ਵਾਲੀ ਸਾਈਡ ਆ ਗਈ ਇਹਨਾਂ ਦੇ ਕੋਲ ਸਾਈਡ ਤੇ ਠੀਕ ਚਲੋ ਹੋਰ ਦੇ ਨੈਕਸਟ ਹਾਂ ਨੈਕਸਟ ਟਰਾਈ ਕਰਕੇ ਦੇਖੋ ਆ ਜਾਦੀ ਜੋ ਚੀਜ਼ वक्री जी चीज लानी चाहिए कलर ने फुली जी भरी जिदा ना बिच हवा जी भरी होंगी कहने नहीं चाची नेटवर्क आ गया देखने नहीं सोहनी लगती पाई नहीं सोहनी लगती आ भी वैसे जी पाई ना वही जची है वाली वाइट वाली ਇਹ ਅਲੱਗ ਜੀ ਆ ਉਹ ਉਦਾਂ ਕਦੀਆਂ ਤਾਂ ਵੈਸੇ ਹੈਗੇ ਆ ਥੋੜਾ ਜਿਹਾ ਫੰਕੀ ਲੈਵ ਜੇ ਵਾਲੀ ਆ ਮਾਰੀ ਬਹੁਤ ਨਹੀਂ ਇਹ ਤਾਂ ਆਪਣਾ ਆਪਸ਼ਨ ਹੈਗਾ ਹੀ ਆ ਮੈਂ ਉਦਾਂ ਦੇਖ ਕਰਨੀ ਪੀ ਸੀ ਹੋਰ ਦੇਖ ਲਈ ਚਲੋ ਫੇ ਇਹੀ ਸੀ ਟਾਈਮ ਵੇਸਟ ਐਮ ਹੀ ਕਰਨਾ ਨਾ ਗ੍ਰੀਨ ਵਾਈਟ ਦੋ ਕਲਰ ਹੀ ਜ਼ਿਆਦਾ ਹੈ ਉਹ ਆ ਥੋੜੀ ਲੌਂਗ ਚ ਹੈ ਨਾ ਇਹ ਲੌਂਗ ਕੀ ਹੁੰਦੀ ਹੈ ਉਹ ਨੀਚੇ ਤੋਂ ਹੀ ਦੂਸਰਾ ਪਾਇਆ ਨਾ ਅੰਦਰ ਉਹ ਮੇਰੇ ਕੋਲ ਤਾਂ ਚੜ ਗਈ ਇਹ ਪਤਲੀ ਆ ਆ ਵਧੀਆ ਜੀ ਆ ਜਾਦੀ ਵਧੀਆ ਇਹਨੂੰ ਸਾਈਡ ਤੇ ਰੱਖ ਲਓ ਅੱਛਾ ਅੱਛਾ ਆ ਵਧੀਆ ਬੈਗ ਮਿਲ ਜਾਣਾ 250 ਦਾ ਨਹੀਂ ਨਾ ਨਹੀਂ ਇਹ ਉਹ ਬੈਗ ਨਹੀਂ ਜਿਹੜੀ ਗੇਮ ਖੇਡਦੇ ਹੁੰਦੇ ਨੇ ਬਈ ਗੇਮ ਨਹੀਂ ਖੇਡਦੇ ਨੇ ਇੱਕ ਰੈਡ ਰੈਡ ਡੈਡ ਉਹਦੇ ਵਿੱਚ ਹੁੰਦਾ ਨਾ ਇਦਾਂ ਦਾ ਦੇਖ ਲਈ ਇੱਥੇ ਇੱਥੇ ਪਤਾ ਲੱਗਦਾ ਉਹ ਸ਼ੀਸ਼ੇ 'ਚ ਨਹੀਂ ਪਤਾ ਲੱਗਦਾ ਕਨਫਿਊਜ਼ ਹੋ ਗਏ ਤਿੰਨੋਂ ਸੋਹਣੀਆਂ ਆ ਪਹਿਲੀ ਵੀ ਆ ਵੀ ਤੇ ਜੇ ਮਤਲਬ ਕਿ ਆਪਣੇ ਕੋਲ ਸ਼ਾਰਟ ਜਿੱਦਾਂ ਬਹੁਤ ਤੇ ਲੌਂਗ ਲੈ ਲਓ ਹੀਟਰ ਵੀ ਨਹੀਂ ਲਾਉਣਾ ਉਹ ਫਿਰ ਜੈਕਟ ਟਾਈਪ ਹੋਣੀ ਇਹ ਤੁਹਾਨੂੰ ਜਿੱਦਾਂ ਆਪਾਂ ਪੈਂਟ ਦਿਖਾਈ ਉਹਦੇ ਉੱਤੇ ਦੀ ਪਾਇਆ ਨਾ 250 ਰੁਪਏ ਦੇ ਕੇ ਬੈਗ ਇਹ 250 ਐਕਸਟਰਾ ਦੇਣਾ ਪੈਣਾ ਹੁਣ ਕੀ ਹੈ ਵਿੱਚ ਵਧੀ ਇਹਦੇ ਨਹੀਂ ਉਹ ਤਾਂ ਦੇ ਵੈਸੇ ਰੁਪਏ ਜਨਾਬ ਜੀ ਦੇਖੋ ਕੌਣ ਆ ਜਾ ਫੜ ਕੇ ਇਧਰ ਆਓ ਫੜਿਆ ਸੋਹਣਾ ਲੱਗੂਗਾ ਪੈਸੇ ਪੂਏ ਬੰਦਾ ਰੱਖ ਲੈਂਦਾ ਲੈਦਰ ਦਾ ਆ ਉਦਾਂ ਤਾਂ ਮਹਿੰਗਾ ਹੋਣਾ ਇਹ ਆਫਰ 'ਚ ਮਿਲ ਲੈਂਦੇ ਆਪਾਂ ਨੂੰ ਆਹ ਵਾਲੀ ਸਹੀ ਆ ਮੈਂ ਬਾਹਰ ਬਹੁਤ ਜਾਣਾ ਹੁੰਦਾ ਨਾ ਕਿਤੇ ਫੋਰਨ ਇਹ ਵੀ ਨਾਲ ਮਿਲਦਾ ਸ਼ੋਪਿੰਗ ਡਾਊਨ ਸੁਲਤਾਨ ਸਾਹਿਬ ਨੇ ਉਹਨੂੰ ਬਹੁਤ ਵਧੀਆ ਜੈਕਟਾਂ ਪਸੰਦ ਕਰਾ ਕੇ ਦਿੱਤੀਆਂ ਬੜਾ ਬੜਾ ਸੀ ਸ਼ੁਕਰ ਕਰੋ ਮੈਨੂੰ ਪਸੰਦ ਨਹੀਂ ਆਇਆ ਮੈਂ ਤਾਂ ਬਿੱਲ ਚੁੱਕ ਕੇ ਸਾਹਮਣੇ ਇੰਨੇ ਪੈਸੇ ਦਿੱਤੇ ਤੇ ਇੰਨੇ ਮੜੇ ਉਹਨਾਂ ਨੂੰ ਬਹੁਤ ਅਬੇ ਸਾਹਮਣੇ ਉਹ ਬਿੱਲ ਸਾਹਮਣੇ ਕੋਈ ਪਤਾ ਨਹੀਂ ਆਪਣਾ ਹੋਏ ਹੋਏ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਕ੍ਰਿਸਮਸ ਦੀਆਂ ਵਧਾਈਆਂ ਨਾਲੇ ਪਹਿਲੇ ਦੇਤੀਆਂ ਉਹ ਮੇਰਾ ਪਜਾਮਾ ਤੇ ਸ਼ੂ ਵਾਹ ਕੀ ਬਾਤ ਆ ਮੈਂ ਕਿਹਾ ਤੁਸੀਂ ਬੜੇ ਟਾਈਮ ਬਾਅਦ ਇੰਨੀ ਚਾਬੀ ਫੜਾਓ ਜਨਾਬ 5 ਮਿੰਟਾਂ ਚ ਲਾ ਦੇਣੀ ਆਪਾਂ ਘਰੇ ਘਰੇ ਕਿੱਥੇ ਤੇ ਹੋਰ ਕਿੱਥੇ ਜਾਣਾ ਮੇਰੀ ਸ਼ਾਪਿੰਗ ਕਿੱਦ ਤੂੰ ਵਸ ਕਿਉਂ ਤੇ ਟਾਈਮ ਹੀ ਹੁੰਦਾ ਆ ਮੈਂ ਕਿਹਾ ਸੀ ਮੈਂ ਵਾਪਸ ਕਰਨ ਦੇ ਆ ਤਾਂ ਜੋ ਲੈਣਾ ਲੈ ਲੈ ਤੈਨੂੰ ਪਸੰਦ ਨਹੀਂ ਤੈਨੂੰ ਨਹੀਂ ਪਸੰਦ ਆਇਆ ਤੁਹਾਡੇ ਬਸ ਵੀ ਹੁਣ ਤਾਂ ਲੱਗ ਗਿਆ ਆਪਣਾ ਫੇਰ ਦੁਬਾਰਾ ਚਲੋ ਅੱਜ ਗੱਡੀ ਉਧਰ ਨਹੀਂ ਲੈ ਕੇ ਗਏ ਚੰਗਾ ਆ ਉਧਰ ਨਹੀਂ ਲੈ ਕੇ ਗਏ ਓਕੇ ਭਾਈ ਜੀ ਥੈਂਕ ਯੂ ਵੈਰੀ ਵੈਰੀ ਮੱਚ ਥੈਂਕ ਯੂ
ਪ੍ਰਧਾਨ ਸਾਹਿਬ ਨੇ ਬ੍ਰੇਕ ਮਰਾ ਲਈ ਹੁਣ ਇਹਦੇ ਅੰਦਰ ਚਾਵਾਂਗੇ ਹੁਣ ਪ੍ਰਧਾਨ ਸਾਹਿਬ ਨੂੰ ਕੱਪੜੇ ਲੈ ਕੇ ਦੇਵਾਂਗੇ ਚਲੋ ਉਹ ਨਿਕਲ ਗਈ ਗੱਡੀ ਨਾ ਉਹਦੇ ਅੰਦਰ ਹੀ ਲੈ ਕੇ ਜਾਂਦਾ ਬਾਰੀਆਂ ਬੋਰੀਆਂ ਉੱਤੇ ਹੀ ਆ ਨਾ ਵੇਖ ਲੈਣੀਆਂ ਅੱਜ ਤਾਂ ਸ਼ੋਪਿੰਗ ਕਿੰਨੇ ਸਾਲਾਂ ਬਾਅਦ ਸ਼ੋਪਿੰਗ ਕਰਨ ਆਏ ਅੱਜ ਘੰਟਾ ਹੋ ਗਿਆ ਹੁਣ ਹਜੇ ਮੈਨੂੰ ਲੱਗਦਾ 2 ਘੰਟੇ ਹੋਰ ਲੱਗੂਗਾ ਨਾ ਸ਼ੋਰੂਮ ਬੰਦ ਘੰਟੀਆਂ ਖੜਕ ਗਈਆਂ ਅਸੀਂ ਆ ਰਹਿ ਗਏ ਉਹ ਥੱਲੇ ਤੇ ਲਾਈਟਾਂ ਵੀ ਵਜਾਤੀਆਂ ਉਹਨਾਂ ਨੇ ਸ਼ੋਰੂਮ ਬੰਦ ਕਰਨ ਦੋ ਉਹਨਾਂ ਨੂੰ Good evening. The store is now closed. Thank you for shopping with us today. Close. We hope you visit us again soon. Hey, Nia, how are you? Hey, Good evening. The store is now closed. Thank you for shopping with us today. We hope you visit us again soon. Pura set va na jag vagaira sara kuch hi. ਚੱਕ ਲਓ ਜਨਾਬ ਜੀ ਫਿਰ ਇਹੀ ਵਧੀਆ ਜੇ ਵਿੱਚੋਂ ਇੱਦਾਂ ਦਾ ਹੋਵੇ ਫਿਰ ਜੇ ਵਿੱਚੋਂ ਨਹੀਂ ਇੱਦਾਂ ਦਾ ਨਿਕਲਿਆ ਫਿਰ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਭੜਥੂ ਪਿਆ ਆ ਬੰਦ ਕਰਕੇ ਜਾਣਾ ਉਹਨਾਂ ਨੇ ਤੂੰ ਇੱਧਰ ਉਹਨਾਂ ਨੇ ਨੇਰ ਹੀ ਨੇਰ ਪਾ ਦਿੱਤਾ ਸਾਰੇ ਮੈਂ ਗਾਲਾਂ ਕੱਢ ਲੈਣੇ ਆਪਾਂ ਨੂੰ ਨਹੀਂ ਸਹੀ ਇੱਧਰ ਦਿਖਾ ਦੇਣਾ ਹੁਣ ਫੜ ਹੀ ਲਿਆ ਵਾਜੇ ਅੱਛਾ ਬਲੈਕ ਆ ਠੀਕ ਆ ਫਿਰ ਕਢਾਵੂਗੀ ਉਹਨਾਂ ਨੂੰ ਵਿਚਾਰਿਆਂ ਨੂੰ ਨੌਕਰੀ ਤੋਂ ਚਲੋ ਕਰਦੇ ਯਾਰ ਬੜੇ ਵਧੀਆ ਪਸੰਦ ਕਰਦੇ ਅੱਜ ਆਪਾਂ ਹਨਾ ਚੋਟੀ ਦੇ ਆਪਾਂ ਬੈਗਾਂ ਦਾ ਕਲਰ ਬਹੁਤ ਸੋਹਣਾ ਹਨਾ ਗ੍ਰੇ ਗ੍ਰੇ ਜਿਹਾ ਬੈਗ ਸੋਹਣੇ ਆ ਗ੍ਰੇ ਕਲਰ ਦੇ ਜਨਾਬ ਤੁਹਾਡੇ ਗਿਫਟ ਨਹੀਂ ਸੋਹਣੇ ਆ ਦੋਵੇਂ ਸੋਹਣੇ ਸਾਰੇ ਚਲ ਗਏ ਬਾਹਰ ਕੋਈ ਗੱਡੀ ਨਹੀਂ ਹੈਗੀ ਓਕੇ ਜੀ ਓਕੇ ਥੈਂਕ ਯੂ ਆਹੋ ਟਾਈਮ ਬਾਅਦ ਆਏ ਆ ਫਿਰ ਪਿੱਛੇ ਰਖਾਉਂਦੇ ਆ ਛੋਟੀ ਡਿੱਗੀ ਖੋਲ ਕੇ ਰੱਖਦੇ ਆਪਾਂ ਓਕੇ ਸ਼ੋਪਿੰਗਾਂ ਕਰਨੀਆਂ ਛੱਡ ਦਿੱਤੀਆਂ ਸੀ ਅੱਜ ਦਿਨ ਰਿਕਾਰਡ ਹੀ ਤੋੜਦੇ ਆਪਣੇ ਦਰਸ਼ਕਾਂ ਨੂੰ ਹਸਾਉਂਦਾ ਹੁੰਦਾ ਜਿਹੜੇ ਅਮੀਰ ਹੁੰਦੇ ਆਪਣੇ ਆਪ ਨੂੰ ਅਮੀਰ ਥੋੜਾ ਕਹਿੰਦੇ ਹੁੰਦੇ ਆ ਆਪਾਂ ਕਹੀਦਾ ਆਪਾਂ ਅਮੀਰ ਹਾਂ ਆਪਾਂ ਦਿਲ ਦੇ ਅਮੀਰ ਬੰਦੇ ਆ ਸਾਰਾ ਸ਼ਹਿਰ ਬੰਦ ਹੋ ਗਿਆ ਹੁਣ ਨਿਕਲੇ ਆਪਾਂ ਬਾਹਰ ਕਭੀ ਕਭੀ ਹੁੰਦਾ ਹੈ ਐਸਾ ਨਾ ਪਹਿਲਾਂ ਤੁਰੇ ਰਹੀਦਾ ਹੁਣ ਸਾਲ ਬਾਅਦ ਪੂਰੇ ਵਿਆਹ ਦੀ ਸ਼ੋਪਿੰਗ ਕੀਤੀ ਆ ਮੈਂ ਨਾ ਵੀ ਕਰਦਾ ਤਾਂ ਵੀ ਸਰ ਜਾਣਾ ਸੀਗਾ
ਪ੍ਰਧਾਨ ਸਾਹਿਬ ਆਇਆ ਮੈਂ ਬੂਹਾ ਖੋਲ ਕੇ ਇਹਨੂੰ ਲੈ ਬਈ ਰਾਤੀ ਹੀ ਪ੍ਰਧਾਨ ਸਾਹਿਬ ਨੇ ਵੀ ਮਾਰਤੀ ਗੱਡੀ ਸ਼ੀਸ਼ਾ ਮਾਰਿਆ ਬੂਹੇ ਦੇ ਵਿੱਚ ਆਹ ਵੱਜਾ ਮੇਕੋ ਵੱਜੀ ਸੀ ਇੱਧਰ ਉਹ ਤਾਂ ਮਿਟ ਗਿਆ ਇੱਥੇ ਵੱਜੀ ਸੀ ਮੇਰੇ ਕੋਲੋਂ ਇਹ ਮੈਂ ਕੰਪਾਊਂਡ ਦਾ ਮਟੇਤਾ ਆਹ ਤਾਂ ਹੁਣ ਪਤਾ ਨਹੀਂ ਕੀ ਬਣਨਾ ਤਿੰਨ ਚਾਰ ਦਿਨ ਹੋ ਗਏ ਗੱਡੀਆਂ ਲੱਗੀ ਜਾਂਦੀਆਂ ਸਾਡੀਆਂ ਹੁਣ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਹੁਣ ਮੈਂ ਚੱਲਿਆ ਹਾਂ ਸਪੈਸ਼ਲ ਕੰਮ ਤੁਹਾਨੂੰ ਪਤਾ ਹੀ ਆ ਕਿਹੜੇ ਕੰਮ ਚੱਲਿਆ ਮੈਂ ਫੋਟੋ ਮੈਂ ਇੰਸਟਾ 'ਤੇ ਪਾ ਦੇਣੀ ਆ ਅਤੇ ਕੱਲ੍ਹ ਨੂੰ ਮਿਲਾਂਗੇ ਰੰਗ ਵੀ ਉੱਤੇ ਪਤਾ ਲੱਗ ਜਾਣਾ ਤੁਹਾਨੂੰ ਕਿਹੜਾ ਕਰਨਾ ਆ ਟਾਇਰਾਂ ਦਾ ਵੀ ਸ਼ਾਇਦ ਪਤਾ ਲੱਗ ਜਾਵੇ ਉੱਤੇ ਕੱਲ੍ਹ ਸ਼ੋਪਿੰਗ ਕਰਨ ਗਏ ਸੀਗੇ ਜੈਕਟਾਂ ਬਹੁਤ ਖਤਰਨਾਕ ਲਿਆਉਂਦੀਆਂ ਆ ਮੈਂ ਉਹ ਸਿਮਰ ਵਾਲੇ ਚੈਨਲ 'ਤੇ ਦੇਖ ਲਿਓ ਜਾ ਕੇ ਵਧੀਆ ਆ ਮੈਨੂੰ ਤਾਂ ਬਹੁਤ ਵਧੀਆ ਲੱਗੀਆਂ ਓਕੇ ਫਿਰ ਬਾਏ ਬਾਏ।